ਹਾਏ ਸ਼ਸ਼ੀਗਾਲ ਬੱਚਿਓ ਕਿਵੇਂ ਤੁਸੀਂ ਸਾਰੇ ਸੋ ਸਮਾਜਿਕ ਵਿਗਿਆਨ 8ਵੀਂ ਵਾਲੇ ਦਾ ਆਪਾਂ ਪੇਪਰ ਦਾ ਸੋਲੂਸ਼ਨ ਕਰਨ ਵਾਲੇ ਹਾਂ ਚਲੋ ਸਟਾਰਟ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਬੱਚਿਓ ਕਿ ਤੁਹਾਡੇ ਜਿਹੜੇ 70 ਨੰਬਰ ਦਾ ਪੇਪਰ ਹੈ ਨ ਤਿੰਨ ਘੰਟੇ ਦਾ ਟਾਈਮ ਹੈ ਠੀਕ ਹੈ ਐਂ ਜਿਵੇਂ ਕਿ ਦੇਖੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਟੋਟਲ 11 ਪ੍ਰਸ਼ਨ ਹੋਣਗੇ ਹਰ ਇੱਕ ਪ੍ਰਸ਼ਨ ਲਾਜ਼ਮੀ ਹਨ ਠੀਕ ਹੈ ਇਸ ਦੇ ਨਾਲ ਹੀ ਸਾਨੂੰ ਉਹਨਾਂ ਨੇ ਕਿਹਾ ਹੋਇਆ ਹੈ ਕਿ ਪ੍ਰਸ਼ਨ ਦੇ ਚਾਰ ਭਾਗ ਹੋਣਗੇ ੳ ਅ ਅ ਈ ਸਹਾ ਜਿਹਦੇ ਵਿੱਚ ਕਿ ੳੜਾ ਹੋਊਗਾ ਬਹੁ ਵਿਕਲਪੀ ਤੁਹਾਨੂੰ ਆਪਸ਼ਨ ਦਿੱਤੇ ਜਾਣਗੇ ਠੀਕ ਹੈ ਬਟ ਜਿਹੜੇ ਤੁਹਾਡੇ ਹੈਗੇ ਆ ਇਹਰਾ ਪਾਗ ਭਗੋਲ ਹੋਊਗਾ ਕਿਹੜੀ ਪਾਗ ਇਤਿਹਾਸ ਤੇ ਸੱਸਾ ਪਾਗ ਨਾਗਰੀ ਸ਼ਾਸਤਰ ਦਾ ਹੋਣਗੇ ਠੀਕ ਹੈ ਤੇ ਤੀਸਰਾ ਉਹਨਾਂ ਨੇ ਕਿਹਾ ਕਿ ਭਾਗ ਵਿੱਚ ਦਿੱਤੇ ਹੋਏ ਨੋਟ ਅਨੁਸਾਰ ਹੀ ਪ੍ਰਸ਼ਨ ਨੂੰ ਹੱਲ ਕਰਨੇ ਆ ਸੋ ਨੋਟ ਅਸੀਂ ਜ਼ਰੂਰ ਪੜ੍ਹਨਾ ਆ ਜਿਵੇਂ ਕਿ ਪਹਿਲਾ ਪ੍ਰਸ਼ਨ ਹੈ ਕਿੰਦੇ ਬਹੁ ਵਿਕਲਪੀਆ ਹਰੇਕ ਦਾ ਇੱਕ ਅੰਕ ਹੈ ਤੇ ਸਾਰੇ ਪ੍ਰਸ਼ਨ ਲਾਜ਼ਮੀ ਹਨ ਤੇ ਇਹਨਾਂ ਵਿੱਚੋਂ ਸਹੀ ਵਿਕਲਪ ਚੁਣ ਕੇ ਹੀ ਲਿਖਣਾ ਆ ਓਕੇ ਸੋ ਜਿਵੇਂ ਕਿ ਦੇਖੋ ਜਿਹੜਾ ਸਾਡਾ ਪਹਿਲਾ ਪ੍ਰਸ਼ਨ ਹੈ ਕਿ ਕਿਹੜਾ ਜੋੜਾ ਕੁਦਰਤੀ ਸਾਧਨ ਨਹੀਂ ਹੈ ਕੁਦਰਤੀ ਕੁਦਰਤੀ ਦਾ ਸਾਧਨ ਮਤਲਬ ਜਿਹੜਾ ਕਿ ਗੋਡ ਗਿਫਟ ਨਹੀਂ ਹੈ ਸੋ ਦੇਖੋ ਭੂਮੀ ਮਿੱਟੀ ਦੇ ਸਾਰੇ ਹੁੰਦੇ ਆ ਜਲ ਉਹ ਵੀ ਹੁੰਦੇ ਆ ਖਣਿਜ ਵੀ ਹੁੰਦੇ ਆ ਸੋ ਅਨਸਰ ਸਾਡਾ ਆਏਗਾ ਸਾ ਰੇਡੀਓ ਅਤੇ ਟੀਵੀ ਜੋ ਕਿ ਅਸੀਂ ਬਣਾਇਆ ਹੈ ਕੁਦਰਤ ਨੇ ਥੋੜੀ ਨਾ ਬਣਾਇਆ ਹੈ ਠੀਕ ਹੈ ਸੋ ਸਾ ਇਜ਼ ਦਾ ਰਾਈਟ ਅਨਸਰ ਉਸ ਤੋਂ ਬਾਅਦ ਦੇਖੋ ਦੂਸਰਾ ਪ੍ਰੇਸ਼ਨ ਸਾਡਾ ਕੀ ਹੈ ਦੂਸਰਾ ਹੈਗਾ ਕਿ ਕਿਹੜਾ ਜਲ ਦਾ ਕੁਦਰਤੀ ਸਰੋਤ ਨਹੀਂ ਹੈ ਫਿਰ ਕੁਦਰਤੀ ਸਰੋਤ ਕਿਹੜਾ ਨਹੀਂ ਹੈ ਜਿਵੇਂ ਤੁਹਾਨੂੰ ਪਾਣੀ ਵਾਲੀ ਟੈਂਕੀ ਪਾਣੀ ਵਾਲੀ ਟੈਂਕੀ ਅਸੀਂ ਬਣਾਈ ਹੈ ਠੀਕ ਹੈ ਸੋ ਐਰਾ ਇਜ਼ ਦਾ ਰਾਈਟ ਅਨਸਰ ਉਸ ਤੋਂ ਬਾਅਦ ਦੇਖੋ ਤੀਸਰਾ ਪ੍ਰੇਸ਼ਨ ਕਿਹੜੀ ਫਸਲ ਅਨਾਜ ਨਹੀਂ ਹੈ ਸੋ ਕਿਹੜੀ ਫਸਲ ਅਨਾਜ ਨਹੀਂ ਹੁੰਦੀ ਹੈ ਦੇਖੋ ਪਟਸਨ ਪਟਸਨ ਤੋਂ ਸਾਡੇ ਇਹ ਬੋਰੀਆਂ ਰस्सियां ਬਣਦੀਆਂ ਹਨ ਠੀਕ ਹੈ ਇਹ ਅਨਾਜ ਨਹੀਂ ਹੁੰਦੇ ਆ ਬਾਕੀ ਚੌਨਾ ਕਣਕ ਮੱਕੀ ਤਾਂ ਤੁਹਾਨੂੰ ਪਤਾ ਹੀ ਹੈ ਠੀਕ ਹੈ ਸੋ ਈ ਇਸ ਰਾਈਟ ਆਨਸਰ ਉਸ ਤੋਂ ਬਾਅਦ ਚੌਥਾ ਆਪਰੇਸ਼ਨ ਸਾਡਾ ਹੈ ਕਿਹੜੀ ਆਫਤ ਕੁਦਰਤੀ ਹੈ ਸੋ ਕੁਦਰਤੀ ਕਿਹੜੀ ਹੈ ਤੁਹਾਨੂੰ ਪਤਾ ਸੁਨਾਮੀ ਕੁਦਰਤੀ ਹੈ ਬਾਕੀ ਜੰਗ ਹਨ ਇਤਿਹਾਸੇ ਠੀਕ ਹੈ دہشتਵਾਦ ਇਹ ਤਾਂ ਆਪਾਂ ਕਰਦੇ ਹਾਂ ਖੁਦ ਬਾਕੀ ਸੁਨਾਮੀ ਸਾਡੀ ਕੁਦਰਤੀ ਹੁੰਦੀ ਹੈ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਹੈਗਾ ਕਿਹੜਾ ਤੱਤ ਊਰਜਾ ਦਾ ਸਾਧਨ ਨਹੀਂ ਹੈ ਸੋ ਊਰਜਾ ਦਾ ਸਾਧਨ ਕਿਹੜਾ ਨਹੀਂ ਹੈ ਸਾਡਾ ਲੋਹਾ ਨਹੀਂ ਹੈ ਬਾਕੀ ਸਾਰੇ ਊਰਜਾ ਦੇ ਸਾਧਨ ਹੈ ਠੀਕ ਹੈ ਸੋ ਸੱਸਾ ਇਜ਼ ਅ ਰਾਈਟ ਆਨਸਰ ਸਮਝ ਲੱਗ ਰਿਹਾ ਹੈ ਕਿ ਫਾਸਟ ਬੋਲ ਰਿਹਾ ਮੈਂ ਚਲੋ ਕੋਈ ਨਹੀਂ ਬੱਚੋ ਦੇਖੋ ਛੇਵਾਂ ਪ੍ਰਸ਼ਨ ਹੈਗਾ ਕਿਹੜੀ ਕਿਸਮ ਦਾ ਕੋਲਾ ਸਭ ਤੋਂ ਵਧੀਆ ਹੁੰਦਾ ਹੈ ਤੋ ਇਹਦਾ ਆਨਸਰ ਆਣਾ ਈਰੀ ਐਂਥਰੇਸਾਈਟ ਜਿਹੜਾ ਆ ਸਭ ਤੋਂ ਵਧੀਆ ਕੋਲਾ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਸਤਮਾ ਪ੍ਰੇਸ਼ਨ ਹੈਗਾ ਕਿਹੜਾ ਸਾਧਨ ਇਤਿਹਾਸ ਦਾ ਅਜੋਕਾ ਸਾਧਨ ਨਹੀਂ ਹੈ ਕਿਹੜਾ ਸਾਧਨ ਇਤਿਹਾਸ ਦਾ ਅਜੋਕਾ ਮਤਲਬ ਹੁਣ ਆਪਾਂ ਕੀ ਯੂਜ਼ ਨਹੀਂ ਕਰਦੇ ਆ ਈੜੀ ਇਹਦਾ ਰਾਈਟ ਆਨਸਰ ਆਣਾ ਸ਼ਿਲਾ ਲੇਖ ਠੀਕ ਹੈ ਈੜੀ ਵਾਲਾ ਰਾਈਟ ਆਨਸਰ ਹੈ ਬਾਕੀ ਪੁਸਤਕਾਂ ਸਰਕਾਰੀ ਦਸਤਾਵੇਜ਼ ਅਖਬਾਰ ਤਾਂ ਹੁਣ ਵੀ ਯੂਜ਼ ਕਰ ਰਹੇ ਆ ਸੋ ਈੜੀ ਰਾਈਟ ਆਨਸਰ ਆ ਸ਼ਿਲਾ ਲੇਖ ਉਸ ਤੋਂ ਬਾਅਦ ਸਾਡਾ ਸਤਮਾ ਪ੍ਰੇਸ਼ਨ ਹੈ ਕਿ ਬਿਰਸਾ ਮੁੰਡਾ ਨੇ ਕਿਹੜੇ ਇਲਾਕੇ ਵਿੱਚ ਵਿਦਰੋਹ ਆਰੰਭ ਕੀਤੀ ਸੀ ਤੇ ਇਹਦਾ ਆਨਸਰ ਆਣਾ ਛੋਟਾ ਨਾਗਪੁਰ ਵਿੱਚ ਠੀਕ ਹੈ छोटा नागपुर एरा इज राइट आंसर उस तो बाद देखो बच्चों नौवा प्रश्न हैगा कि केड़ा आगू सन अठारह सौ सतवंजा के विद्रोह ना संबंधित नहीं है सो ये आना महाराजा राणा प्रताप महाराणा प्रताप ठीक है ईरी इज़ राइट आंसर उस तो बाद देखो दसवा हैगा कि केड़ा आगू भारतीय सुधारवादी लहर का हिस्सा नहीं सी ठीक है सो यदा आंसर आएगा एंटी बेसेंट ठीक है सो एंटीबेसेंट ने कोई सुधार का काम नहीं किया है तो बाद अगला प्रश्न साढ़ा है ग्यारह कि सत्याशोधक सोसायटी की स्थापना किस आगू ने की ठीक है सो ज्योतिबा फुले ने किने की ज्योतिबा फुले ने उस तो बाद अगला प्रश्न हैगा शहानाबाद ठीक है शाहजहानाबाद किड़े शहर का पुराना नाम है सो दिल्ली पुराने दिल्ली का पुरा पुराना नाम है ठीक है सो सस्ा इज़ राइट आंसर ਠੀਕ ਹੈ ਦਿੱਲੀ ਦਾ ਪੁਰਾਣਾ ਨਾਮ ਹੈ ਉਸ ਤੋਂ ਬਾਅਦ ਦੇਖੋ ਸਾਡਾ 13ਵਾਂ ਪ੍ਰਸ਼ਨ 13ਵਾਂ ਪ੍ਰਸ਼ਨ ਸਾਡਾ ਹੈ ਕਿ ਭਾਰਤ ਦਾ ਸੰਵਿਧਾਨ ਕਿਸ ਮਿਤੀ ਨੂੰ ਤਿਆਰ ਹੋਇਆ ਸੀ ਸੋ ਭਾਰਤ ਦਾ ਸੰਵਿਧਾਨ ਤਿਆਰ ਕਦੋਂ ਹੋਇਆ ਸੀ ਲਾਗੂ ਤਾਂ ਤੁਹਾਨੂੰ ਪਤਾ ਹੈ ਕਿ 26 ਜਨਵਰੀ 1950 ਨੂੰ ਹੋਇਆ ਹੈ ਠੀਕ ਹੈ ਬਟ ਤਿਆਰ ਕਦੋਂ ਹੋ ਗਿਆ ਸੀ 26 ਨਵੰਬਰ 1949 ਨੂੰ ਹੀ ਤਿਆਰ ਹੋ ਗਿਆ ਸੀ ਠੀਕ ਹੈ ਬਣ ਕੇ ਪੂਰਾ ਤਿਆਰ ਸੋ ਇਹ ਆਇਰਾ ਇਜ਼ ਦਾ ਰਾਈਟ ਆਨਸਰ ਉਸ ਤੋਂ ਬਾਅਦ ਦੇਖੋ 14ਵਾਂ ਹੈਗਾ ਸੰਵਿਧਾਨ ਦੇ ਅਨੁਛੇਦ 14 ਤੋਂ 32 ਕਿਹੜੇ ਵਿਸ਼ੇ ਬਾਰੇ ਹਨ ਤੋਂ ਇਹ ਸਾਡੇ ਹੈਗੇ ਮੌਲਿਕ ਅਧਿਕਾਰ ਬਾਰੇ ਠੀਕ ਹੈ ਸਾਡੇ ਸਾਡੇ ਕਿਹੜੇ ਅਧਿਕਾਰ ਹਨ ਉਸ ਤੋਂ ਆਵਾਜ਼ ਲਾਸਟ ਮਲਟੀਪਲ ਚੁਆਇਸ 16ਵਾਂ ਪ੍ਰਸ਼ਨ 16ਵਾਂ ਪ੍ਰਸ਼ਨ ਸਾਡਾ ਕੀ ਹੈ ਕਿ ਭਾਰਤ ਵਿੱਚ ਜਾਤੀ ਦੀ ਸਭ ਤੋਂ ਸਿਆਸੀ ਜਮਾਤ ਹੈ ਇਹ ਸ਼ਬਦ ਕਿਸ ਨੇ ਕਹੇ ਹਨ ਸੋ ਇਹ ਸ਼ਬਦ ਮੇਰੇ ਖਿਆਲ ਨਾਲ ਭੀਮਰਾਮ Ambedkar ਜੀ ਨੇ ਕਿਹਾ ਹੋਣਾ ਹੈ ਤੇ ਮਹਾਤਮਾ ਗਾਂਧੀ ਤੇ ਵੀ ਤੁਹਾਡਾ ਡਾਊਟ ਹੈ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਠੀਕ ਹੈ ਸੋ ਜਿਵੇਂ ਕਿ ਸਾਨੂੰ ਦੱਸਿਆ ਗਿਆ ਸੀ ਕਿ ਐਰਾ ਪਾਗ ਸਾਡਾ ਭੂਗੋਲ ਨਾਲ ਸੰਬੰਧਿਤ ਹੋਏਗਾ ਪੂਰਾ ਠੀਕ ਹੈ ਐਰਾ ਪਾਗ ਭੂਗੋਲ ਹੈ ਇਹਦੇ ਸਾਰੇ ਕੁਐਸਚਨਸ ਹੋਣਗੇ ਸੋ ਸਭ ਤੋਂ ਪਹਿਲਾਂ ਦੋ ਖਾਲੀ ਥਾਂਵਾਂ ਤੇ ਦੋ ਸਹੀ ਗਲਤ ਦਿੱਤੇ ਹੋਏ ਆ ਉਹ ਕਰਨਾ ਆਪਾਂ ਦੇਖੋ ਜਿਵੇਂ ਕਿ ਪਹਿਲਾ ਆਪਰੇਸ਼ਨ ਹੈਗਾ ਖਜੂਰ ਬਹੁਤ ਇੱਕ ਕੰਡੇਦਾਰ ਝਾੜੀਆਂ ਡੈਸ਼ ਕਿਸਮ ਦੀ ਬਣ ਸਕਤੀਆਂ ਹੁੰਦੀਆਂ ਹਨ ਇਹ ਤੁਸੀਂ ਕਮੈਂਟ ਕਰਕੇ ਜੀ ਦੱਸੋ ਇਹ ਕਿਹੜੀ ਬਨਸਪਤੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਦੂਸਰਾ ਦੇਖੋ ਰੇਸ਼ੇਦਾਰ ਫਸਲ ਦੀਆਂ ਦੋ ਕਿਸਮਾਂ ਦੇ ਦੋ ਕਿਸਮਾਂ ਕਪਾਹ ਤੇ ਪਟਸਨ ਹਨ ਸੋ ਇੱਥੇ ਪਟਸਨ ਆ ਜਾਣਾ ਠੀਕ ਹੈ ਪਰਸਨ ਉਸ ਤੋਂ ਬਾਅਦ ਦੇਖੋ ਬੱਚਾ ਅਗਲਾ ਹੈਗਾ ਕਿ ਚਾਹ ਤੇ ਕੌਫੀ ਦੀ ਖੇਤੀ ਲਈ ਪੱਧਰੀ ਤਰਤਲ ਦੀ ਲੋਰ ਹੁੰਦੀ ਹੈ ਕਥਨ ਸਹੀ ਹੈ ਜਾਂ ਗਲਤ ਹੈ ਬਿਲਕੁਲ ਗਲਤ ਹੈ ਕਿਉਂਕਿ ਟਲਾਨਦਾਰ ਚਾਹੀਦੀ ਹੈ ਉਥੇ ਕਿ ਪਾਣੀ ਖੜਾ ਨਹੀਂ ਹੋਣਾ ਚਾਹੀਦਾ بارش ਦਾ ਪਾਣੀ ਠੀਕ ਹੈ ਸੋ ਇਹ ਗਲਤ ਹੈ ਉਦੋਂ ਆ ਚੌਥਾ ਹੈਗਾ ਕਿ ਹਰ ਚੱਕਰਵਾਤ ਤੇ ਕੁਦਰਤੀ ਇਹ ਤੂਫਾਨ ਕੁਦਰਤੀ ਆਫਤਾਂ ਦੀਆਂ ਕਿਸਮਾਂ ਹਨ ਇਹ ਸਹੀ ਹੈ ਪਹਿਲਾ ਗਲਤ ਦੂਸਰਾ ਸਹੀ ਉਸ ਤੋਂ ਬਾਅਦ ਅਗਲਾ ਕੁਐਸਚਨ ਹੈਗਾ ਸਾਡਾ ਦੇਖੋ ਇਹ ਦੋ ਦੋ ਨੰਬਰ ਦੇ ਕੁਐਸਚਨ ਹਨ ਦੋਨੇ ਕੀ ਹੈ ਸੰਖੇਪ ਵਿੱਚ ਦਿਓ ਹਰੇਕ ਦਾ ਦੋ ਅੰਕ ਹੈ ਪਹਿਲਾ ਪ੍ਰਸ਼ਨ ਹੈ ਕਿ ਪ੍ਰਵਾਸੀ ਪੰਛੀ ਕਿਹੜੇ ਹੁੰਦੇ ਹਨ ਤੇ ਕਿੱਥੋਂ ਆਉਂਦੇ ਹਨ ਠੀਕ ਹੈ ਦੇਖੋ ਸਾਡਾ ਪ੍ਰਸ਼ਨ ਕੀ ਸੀ ਪ੍ਰਵਾਸੀ ਪੰਛੀ ਕੀ ਹੁੰਦੇ ਹਨ ਤੇ ਕਿੱਥੋਂ ਆਉਂਦੇ ਹਨ ਸਿੰਪਲ ਜਾਂਸਰ ਹੈ ਕਿ ਦੇਖੋ ਜਿਹੜੇ ਪੰਛੀ ਸਰਦੀਆਂ ਦੇ ਮੌਸਮ ਵਿੱਚ ਠੰਡੇ ਦੇਸ਼ਾਂ ਤੋਂ ਆਉਂਦੇ ਹਨ ਉਹਨਾਂ ਨੂੰ ਪ੍ਰਵਾਸੀ ਪੰਛੀ ਕਹਿੰਦੇ ਹਨ ਠੀਕ ਹੈ ਇਹ ਸਾਈਬੀਰੀਆ ਐਂਡ ਚੀਨ ਤੋਂ ਆਉਂਦੇ ਹਨ ਕਿੱਥੋਂ ਆਉਂਦੇ ਆ ਇਹ ਪੰਛੀ ਸਾਈਬੀਰੀਆ ਐਂਡ ਚੀਨ ਤੋਂ ਆਉਂਦੇ ਆਂ ਠੰਡੇ ਦੇਸ਼ਾਂ ਤੋਂ ਆ ਜਾਂਦੇ ਸਾਡੇ ਦੇ ਐਂਡ ਦੂਸਰਾ ਪ੍ਰਸ਼ਨ ਹੈਗਾ ਕਿ ਭਾਰਤ ਵਿੱਚ ਕੱਚਾ ਲੋਹਾ ਕਿੱਥੇ ਮਿਲਦਾ ਹੈ ਕੋਈ ਦੋ ਸਥਾਨ ਦੇ ਨਾਂ ਦੱਸੋ ਸੋ ਬੱਚਿਓ ਕੱਚਾ ਲੋਹਾ ਭਾਰਤ ਵਿੱਚ ਕਿੱਥੇ ਕਿੱਥੇ ਮਿਲਦਾ ਦੇਖੋ ਕਰਨਾਟਕ ਬਿਹਾਰ ਓਡੀਸਾ ਓਡੀਸਾ ਵਿੱਚ ਸਭ ਤੋਂ ਜ਼ਿਆਦਾ ਮਿਲਦਾ ਹੈ ਠੀਕ ਹੈ ਮਧ ਪ੍ਰਦੇਸ਼ ਗੋਆ ਇਹਨਾਂ ਵਿੱਚੋਂ ਕਿਸੇ ਦੋ ਦਾ ਨਾਮ ਲਿਖਣਾ ਹੈ ਤੁਸੀਂ ਲਿਖ ਦਿਓ ਉਸ ਤੋਂ ਬਾਅਦ ਦੇਖੋ ਬੱਚਿਓ ਜਿਹੜਾ ਚੌਥਾ ਪ੍ਰਸ਼ਨ ਹੈ ਸਾਡਾ ਚੌਥਾ ਪ੍ਰਸ਼ਨ ਕਹਿੰਦੇ ਕਿ ਹੇਠ ਲਿਖੇ ਵਿੱਚੋਂ ਕਿਸੇ ਇੱਕ ਇੱਕ ਦੇ ਠੀਕ ਹੈ ਸ਼ਬਦਾਂ ਵਿੱਚ 50 60 ਸ਼ਬਦਾਂ ਵਿੱਚ ਉੱਤਰ ਦੇਣੇ ਆ ਠੀਕ ਹੈ ਸਾਡੇ ਜਿਹੜੇ ਹੈਗੇ ਦੋ ਕੁਐਸਚਨ ਨੇ ਤਿੰਨ ਤਿੰਨ ਨੰਬਰ ਦੇ ਆ ਸੋ ਈਜ਼ਲੀ ਆਪਾਂ ਕਰ ਲੈਂਦੇ ਆ ਜਿਵੇਂ ਕਿ ਦੇਖੋ ਪਹਿਲਾ ਪ੍ਰਸ਼ਨ ਹੈਗਾ ਦਰਿਆ ਤੇ ਨਹਿਰਾਂ ਦੇ ਕੋਈ ਤਿੰਨ ਲਾਭ ਲਿਖਣੇ ਆ ਪਹਿਲਾ ਲਾਭ ਕਿ ਸਿੰਚਾਈ ਦਾ ਸਭ ਤੋਂ ਵਧੀਆ ਸਰੋਤ ਹੈ ਠੀਕ ਹੈ ਦੂਸਰਾ ਲਾਭ ਠੀਕ ਹੈ ਸਿੰਚਾਈ ਦਾ ਸਸਤਾ ਸਰੋਤ ਹੈ ਠੀਕ ਹੈ ਗਵਰਨਮੈਂਟ ਵੱਲੋਂ ਇਹ ਨਹਿਰਾ ਪਤਾ ਹੀ ਇਹ ਸਸਤਾ ਹੁੰਦਾ ਹੈ ਤੇ ਬਿਜਲੀ ਦੀ ਕੋਈ ਖਰਚੀ ਹੁੰਦੀ ਹੈ ਤੇ ਈਜ਼ਲੀ ਆਪਾਂ ਕੁਦਰਤੀ ਤੌਰ ਤੇ ਸਿੰਚਾਈ ਕਰ ਲੈਂਦੇ ਆ ਤੀਸਰਾ ਲਾਭ ਨਹਿਰਾਂ ਤੇ ਦਰਿਆਵਾਂ ਦੇ ਪਾਣੀ ਵਿੱਚ ਠੀਕ ਹੈ ਕੀ ਹੁੰਦਾ ਹੈ ਉਹ ਜਿਹੜੇ ਵਧੀਆ ਜੀਵ ਹੁੰਦੇ ਆ ਸੁਖਮ ਜੀਵਾ ਹੁੰਦੀਆਂ ਜੋ ਕਿ ਸਾਡੇ ਇਹ ਪੌਦਿਆਂ ਦੀ ਮਤਲਬ ਕਿ ਮਿੱਟੀ ਦੀ ਇਹ ਉਪਜਾਊ ਸ਼ਕਤੀ ਵਧਾਉਣ ਵਿੱਚ ਹੈਲਪਫਲ ਹੁੰਦੇ ਹਨ ਐਨ ਇਸ ਦਾ ਚੌਥਾ ਲਾਭ ਨੂੰ ਲਿਖ ਸਕਦੇ ਹਾਂ ਦੇ ਵਿੱਚ ਮੱਛੀਆਂ ਪਾਲੇ ਜਾ ਸਕਦੇ ਹਨ ਨਹਿਰਾਂ ਵਿੱਚ ਤੇ ਨਹੀਂ ਦਰਿਆਵਾਂ ਵਿੱਚ ਪਾਲੇ ਜਾ ਸਕਦੇ ਆ ਓਕੇ ਸੋ ਇਹ ਸਾਡੇ ਫਸਲਾਂ ਲਈ ਬਹੁਤ ਜ਼ਰੂਰੀ ਹੈ ਤਿੰਨ ਦਾ ਲਾਭ ਤੁਸੀਂ ਲਿਖ ਦਿਓ ਬਹੁਤ ਹੈ ਓਕੇ ਸੋ ਨੈਕਸਟ ਦੇਖੋ ਸਾਡਾ ਸੈਕੰਡ ਪ੍ਰੇਸ਼ਨ ਹੈਗਾ ਆ ਕਿ ਮੁਕਨਯੋਗ ਸਾਧਨਾਂ ਦੇ ਦੋ ਹੈਗਾ ਕਿ ਸੋਕੇ ਤੋਂ ਬਚਣ ਲਈ ਕਿਹੜੇ ਕਦਮ ਉਠਾਣੇ ਚਾਹੀਦੇ ਹਨ ਕੋਈ ਤਿੰਨ ਦਾ ਵਰਣਨ ਕਰੋ ਐਨ ਹੈਗਾ ਮੁਕਨਯੋਗ ਸਾਧਨਾਂ ਨੂੰ ਸੰਜਮ ਨਾਲ ਵਰਤਣ ਲਈ ਦੀ ਕੀ ਲੋੜ ਹੈ ਪ੍ਰੇਸ਼ਨ ਕੀ ਸੀ ਮੁਕਨਯੋਗ ਸਾਧਨਾਂ ਦੀ ਵਰਤੋਂ ਸਾਨੂੰ ਸਮਝਦਾਰੀ ਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ ਜਦੀ ਮਹੱਤਤਾ ਕੀ ਹੈ ਦੇਖੋ ਸਿੰਪਲ ਜਾਂਸਰ ਹੈ ਕਿ ਮੁਕਨਯੋਗ ਸਾਧਨ ਦੀ ਵੱਡੀ ਮਾਤਰਾ ਵਿੱਚ ਵਰਤੋਂ ਨਾਲ ਇਸ ਵਿੱਚ ਕਮੀ ਹੋ ਜਾਵੇਗੀ ਇਹ ਖਤਮ ਹੋ ਜਾਣਗੇ ਇਸ ਲਈ ਸਾਨੂੰ ਇਹਨਾਂ ਦੀ ਵਰਤੋਂ ਬੜੀ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ਨੈਕਸਟ ਪ੍ਰਸ਼ਨ ਦੇਖੋ ਬੱਚਿਓ ਨੈਕਸਟ ਦੇ ਵਿੱਚ ਹੈਗਾ ਕਿ 10 ਸਥਾਨਾਂ ਵਿੱਚੋਂ ਕੋਈ 7 ਸਥਾਨ ਠੀਕ ਹੈ ਕੋਈ 7 ਸਥਾਨ ਤੁਸੀਂ ਭਾਰਤ ਦੇ ਨਕਸ਼ੇ ਵਿੱਚ ਅੰਕਿਤ ਕਰਨੇ ਆ ਸੋ ਨਕਸ਼ੇ ਵਿੱਚ ਅੰਕਿਤ ਕਰਨੇ ਤੁਹਾਡੇ 7 ਨੰਬਰ ਮਿਲਨੇ ਆ ਚਲੋ ਇਸ ਨੂੰ ਵੀ ਦੇਖ ਲਵਾਂਗੇ ਅਸੀਂ ਉਸ ਤੋਂ ਬਾਅਦ ਦੇਖੋ ਉਸ ਤੋਂ ਬਾਅਦ ਸਾਡਾ ਇਰੀ ਭਾਗ ਸਟਾਰਟ ਹੋ ਜਾਂਦਾ ਹੈ ਜੋ ਕਿ ਹੈ ਇਤਿਹਾਸ ਦਾ ਠੀਕ ਹੈ ਸੋ ਇਤਿਹਾਸ ਦੇ ਦੇਖੋ ਕੁਐਸਚਨਸ ਆਪਾਂ ਕਰਦੇ ਹਾਂ ਬਹੁਤ ਹੀ ਈਜ਼ੀ ਈਜ਼ੀ ਕੁਐਸਚਨਸ ਹੈ ਇਹਦੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੇਮ ਐਜ਼ ਇਟ ਇਜ਼ ਚਾਰ ਨੰਬਰ ਜਿਹੜੇ ਤੁਹਾਡੇ ਹੋਣੇ ਆ ਸਹੀ ਗਲਤ ਤੇ ਖਾਲੀ ਥਾਂਵਾਂ ਦੇ ਹੋਣੇ ਆ ਪਹਿਲਾ ਪ੍ਰਸ਼ਨ ਹੈ ਹੈਕਟিয়ার ਭੂਮੀ ਦਾ ਰਕਬਾ ਨਾਪਣ ਦੀ ਇਕਾਈ ਹੈ ਇਹ ਸਹੀ ਹੈ ਦੂਸਰਾ ਹੈਗਾ ਅਲੀਗਰ ਮੁ슬림 ਯੂਨੀਵਰਸਿਟੀ ਦੀ ਸਥਾਪਨਾ 1915 ਵਿੱਚ ਹੋਈ ਸੀ ਸਹੀ ਜਾਂ ਗਲਤ ਇਹ ਗਲਤ ਹੈ 1920 ਵਿੱਚ ਹੋਈ ਸੀ ਉਸ ਤੋਂ ਬਾਅਦ ਹੈ ਕਿ ਰਾ ਰਾਜਾ ਰਾਮ ਮੋਹਨ ਰਾਏ ਦੇ ਜતના ਸਦਕਾ 1829 ਵਿੱਚ ਡੈਸ਼ ਪ੍ਰਥਾ ਬੰਦ ਹੋ ਗਈ ਠੀਕ ਹੈ ਸੋ ਕਿਹੜੀ ਪ੍ਰਥਾ ਬੰਦ ਹੋ ਗਈ ਸਤੀ ਪ੍ਰਥਾ ਠੀਕ ਹੈ ਸੋ ਇਹਦੇ ਵਿੱਚ ਆਣਾ ਸਤੀ ਪ੍ਰਥਾ ਬੰਦ ਹੋ ਗਈ ਸਤੀ ਪ੍ਰਥਾ ਓਕੇ ਸੋ ਨੈਕਸਟ ਦੇਖੋ ਚ ਕਿਹੜਾ ਆ ਕੀ ਸੰਨ 1843 ਵਿੱਚ ਕਾਨੂੰਨ ਬਣਾ ਕੇ ਡੈਸ਼ ਪ੍ਰਥਾ ਬੰਦ ਕੀਤੀ ਗਈ ਸੋ ਦਾਸ ਪ੍ਰਥਾ ਜਿਹਨੂੰ ਗੁਲਾਮ ਪ੍ਰਥਾ ਕਹਿੰਦੇ ਆ ਠੀਕ ਹੈ ਉਹ ਪ੍ਰਥਾ ਬੰਦ ਹੋਈ ਸੀਗੀ ਚੌਥੇ ਦਾ ਉੱਤਰ ਹੋ ਗਿਆ ਠੀਕ ਹੈ ਨੈਕਸਟ ਦੇਖੋ ਬੱਚਿਓ ਜਿਹੜਾ 7ਵਾਂ ਆਪਰੇਸ਼ਨ ਹੈ 7ਵਾਂ ਜਿਹੜਾ ਹੈਗਾ ਆ ਇਹ ਵੀ ਦੋ ਦੋ ਅੰਕ ਨੰਬਰ ਦੇ ਆ ਛੋਟਾ ਛੋਟਾ ਹੈ ਦੇਖੋ ਧਿਆਨ ਨਾਲ ਪਹਿਲਾ ਇਹਦਾ ਗਾਂਧੀ ਜੀ ਨੇ ਕਥਿਤ ਨਿੱਤੇ ਨੀਵੀਂ ਜਾਤੀ ਦੇ ਲੋਕਾਂ ਲਈ ਕਿਹੜਾ ਲਫ਼ਜ਼ ਵਰਤਿਆ ਤੇ ਉਸਦਾ ਭਾਵ ਕੀ ਹੈ ਉਹਨਾਂ ਨੇ ਕਿਹੜਾ ਲਫ਼ਜ਼ ਵਰਤਿਆ ਸੀ ਉਹਨਾਂ ਨੇ ਹਰੀਜਨ ਕਿਹਾ ਸੀ ਹਰੀਜਨ ਠੀਕ ਹੈ ਹਰੀਜਨ ਦਾ ਮਤਲਬ ਹੁੰਦਾ ਹੈ ਹਰੀ ਦੇ ਬੱਚੇ ਠੀਕ ਹੈ ਹਰੀਜਨ ਦਾ ਮਤਲਬ ਕੀ ਹੁੰਦਾ ਹੈ ਹਰੀ ਕੇ ਬੱਚੇ ਸੋ ਉਹਨਾਂ ਨੇ ਹਰੀਜਨ ਯੂਜ਼ ਕੀਤਾ ਸੀਗਾ ਜਿਹੜੇ ਨੀਵ ਜਾਤੀ ਵਾਲੇ ਬੰਦੇ ਆ ਠੀਕ ਹੈ ਉਹਨਾਂ ਲਈ ਸੋ ਦੇਖੋ ਸੈਕਿੰਡ ਆਪਸ਼ਨ ਹੈਗਾ ਭਾਰਤ ਵਿੱਚ ਸਿਵਲ ਸੇਵਾਵਾਂ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ਸੋ ਇਹਦਾ ਆਨਸਰ ਆਏਗਾ ਤੁਹਾਡਾ ਲਾਰਡ ਲਾਰਡ ਕਾਰਨ ਵਾਲਿਸ਼ ਠੀਕ ਹੈ ਕਰਨ ਵਾਲਿਸ਼ ਜਿਵੇਂ ਤਰ੍ਹਾਂ ਲਿਖ ਨਹੀਂ ਹੋ ਰਿਹਾ ਸੋ ਤੁਸੀਂ ਧਿਆਨ ਨਾਲ ਸੁਣ ਲਓ ਕੀ ਸੀਗਾ ਲਾਰਡ ਕਰਨ ਵਾਲਿਸ਼ ਠੀਕ ਹੈ ਲਾਰਡ ਕਰਨ ਵਾਲਿਸ਼ ਸੋ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਣਾ ਨੈਕਸਟ ਦੇਖੋ ਬੱਚਿਓ ਨੈਸ ਹੈਗਾ ਅੱਠਵਾਂ ਅਪਰੇਸ਼ਨ ਇਹ ਤੁਸੀਂ ਤਿੰਨ ਅਪਰੇਸ਼ਨ ਕਰਨੀ ਆ ਤਿੰਨ ਨਹੀਂ ਇਹ ਤੁਸੀਂ ਚਾਰ ਅਪਰੇਸ਼ਨ ਕਰਨੀ ਆ ਠੀਕ ਹੈ ਚਾਰ ਅਪਰੇਸ਼ਨ ਹੈ ਐਂ ਚਾਰਾਂ ਅਪਰੇਸ਼ਨਾਂ ਦੇ ਤੁਹਾਨੂੰ ਦੋ ਦੋ ਨੰਬਰ ਮਿਲਣਗੇ ਦੋਨ ਤਿੰਨ ਤਿੰਨ ਨੰਬਰ ਮਿਲਣਗੇ ਦੇਖੋ 12 ਨੰਬਰ ਦਾ ਟੋਟਲ ਹੈ ਠੀਕ ਹੈ ਤਿੰਨ ਤਿੰਨ ਨੰਬਰ ਦਾ ਇੱਕ ਅਪਰੇਸ਼ਨ ਹੈ ਸੋ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕੀ ਇਹਦੇ ਵਿੱਚੋਂ ਪਹਿਲੇ ਵਿੱਚੋਂ ਦੇਖੋ ਦੋ ਆਪਸ਼ਨ ਹੈ ਅਸੀਂ ਇੱਕ ਇੱਕ ਕਰਨਾ ਹੈ ਜਿਵੇਂ ਕਿ ਪਹਿਲਾ ਹੈ ਕਿ 19ਵੀਂ ਸਦੀ ਵਿੱਚ ਇਸਤਰੀਆਂ ਦੀ ਦਸ਼ਾ ਤੋਂ ਤੁਸੀਂ ਕੀ ਦਸ਼ਾ ਤੋਂ ਜਾਨੂ ਕਰਵਾਓ ਕਿਦਾਂ ਦੀ ਦਸ਼ਾ ਸੀ দেখো ਜਿਵੇਂ ਕਿ ਸਾਡਾ ਪਹਿਲਾ ਆਪਰੇਸ਼ਨ ਕੀ ਸੀਗਾ ਕਿ 19ਵੀਂ ਸਦੀ ਵਿੱਚ ਇਸਤਰੀਆਂ ਦੀ ਦਸ਼ਾ ਦਾ ਵਰਣਨ ਕਰੋ ਠੀਕ ਹੈ ਸੋ ਤੁਸੀਂ ਇਸ ਬੇਸ ਤੇ ਥੋੜਾ ਹੋਰ ਗੱਲਾਂ ਬਣਾ ਕੇ ਵੀ ਲੈ ਕੇ ਦੇਣਾ ਦੇਖੋ ਕਿ ਇਸੀ ਕਿ 19ਵੀਂ ਸਦੀ ਵਿੱਚ ਇਸਤਰੀ ਦੀ ਹਾਲਤ ਤਰਸਯੋਗ ਸੀ ਠੀਕ ਹੈ ਉਸ ਸਮੇਂ ਸਤੀ ਪ੍ਰਥਾ ਲੜਕੀਆਂ ਦੀ ਹੱਤਿਆ ਠੀਕ ਹੈ ਪ੍ਰਜਾ ਪ੍ਰਥਾ ਤੇ ਗੁਲਾਮੀ ਵਰਗੀਆਂ ਕੁਰੀਤیاں ਪਰਚਲਿਤ ਸਨ ਓਕੇ ਸੋ ਇਹਨਾਂ ਵਿੱਚ ਤੁਸੀਂ ਚਾਰ ਲਾਈਨਾਂ ਬਣਾ ਕੇ ਲਿਖ ਸਕਦੇ ਆ ਕਿ 19ਵੀਂ ਸਦੀ ਵਿੱਚ ਇਸ ਤਰ੍ਹਾਂ ਦੀ ਹਾਲਤ ਬਹੁਤ ਤਸਯੋਕ ਸੀ ਉਸ ਸਮੇਂ ਸਤੀ ਪ੍ਰਥਾ ਲਾਗੂ ਸੀ ਠੀਕ ਹੈ ਲੜਕੀਆਂ ਦੀ ਹੱਤਿਆ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਚੌਥੀ ਲਾਈਨ ਬਣੂਗੀ ਕਿ ਪ੍ਰਜਾ ਪਰਦਾ ਪ੍ਰਥਾ ਸੀ ਐਂਡ ਗੁਲਾਮੀ ਵਰਗੀਆਂ ਕੁਰੀਤیاں ਪਰਚਲਿਤ ਸਨ ਠੀਕ ਹੈ ਪੰਜ ਲਾਈਨਾਂ ਤੁਸੀਂ ਬਣਾ ਕੇ ਲਿਖ ਦਿਓ ਈਜ਼ੀਲੀ ਆਨਸਰ ਤੁਹਾਨੂੰ ਮਿਲ ਜਾਣਾ ਹੈ ਮਤਲਬ ਨੰਬਰ ਮਿਲ ਜਾਣੇ ਆ ਠੀਕ ਹੈ ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਇਹਦੇ ਵਿੱਚ ਹੈਗਾ ਕਿ ਪਲਾਸੀ ਦੀ ਲੜਾਈ ਤੇ ਇੱਕ ਨੋਟ ਲਿਖੋ। ਬੱਚੋ ਇਸ ਪਸੰਦ ਆਨਸਰ ਕੀ ਆ ਪਲਾਸੀ ਦੀ ਲੜਾਈ ਦਾ ਸੰਖੇਪ ਵਰਣਨ ਕਰਨਾ ਹੈ। ਅਸੀਂ ਚਾਰ ਲਾਈਨਾਂ ਲਿਖਣੀਆਂ ਜਿਵੇਂ ਦੇਖੋ ਕਹਿੰਦੇ ਕਿ ਪਲਾਸੀ ਦੀ ਲੜਾਈ 23 ਜੂਨ 1757 ਈਸਵੀ ਨੂੰ ਹੋਈ। ਠੀਕ ਹੈ। ਸੋ ਇਹਦੇ ਵਿੱਚ ਅੱਗੇ ਲਿਖਣਾ ਪੁਆਇੰਟਸ ਫਰਸਟ ਪੁਆਇੰਟ ਕੀ ਹੈ ਇਹ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁਦਦਲਾ ਵਿਚਕਾਰ ਹੋਇਆ ਲੜਿਆ ਗਿਆ। ਸੈਕੰਡ ਇਸ ਲੜਾਈ ਵਿੱਚ ਬੰਗਾਲ ਦਾ ਨਵਾਬ ਹਾਰ ਗਿਆ। ਥਰਡ ਲਾਈਨ ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ਐਂ ਚੌਥੀ ਲਾਈਨ ਅੰਗਰੇਜ਼ ਲਈ ਭਾਰਤ ਦੀ ਜਿੱਤ ਤੇ ਰਾਹ ਖੁੱਲ ਗਏ ਠੀਕ ਹੈ ਜਿੱਤ ਦੇ ਰਾਹ ਖੁੱਲ ਗਏ ਸੋ ਇਹ ਪਚਾਰ ਲਾਈਨਾਂ ਤੁਸੀਂ ਲਿਖ ਦੇਣੀ ਹੈ ਤੁਹਾਨੂੰ ਈਜ਼ੀਲੀ 3 ਨੰਬਰ ਮਿਲ ਜਾਣੇ ਐ ਐਂ ਉਸ ਤੋਂ ਬਾਅਦ ਇਹਦੇ ਵਿੱਚ ਤੀਸਰਾ ਪ੍ਰਸ਼ਨ ਹੈਗਾ ਹੈਗਾ ਦੇਖੋ ਪੱਛਮੀ ਸਿੱਖਿਆ ਪ੍ਰਬੰਧ ਦੇ ਭਾਰਤ ਤੇ ਕੀ ਅਸਰ ਪਿਆ ਦੇਖੋ ਸਾਡਾ ਪ੍ਰਸ਼ਨ ਸੀ ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖਣਾ ਠੀਕ ਹੈ ਭਾਰਤ ਤੇ ਕੀ ਪ੍ਰਭਾਵ ਪਏ ਸੀ ਸੋ ਸਿੰਪਲ ਦੇਖੋ ਇਹਦਾ ਆਨਸਰ ਲਿਖਣਾ ਇਸ ਨਾਲ ਭਾਰਤ ਵਿੱਚ ਕਲਰਕੀ ਸੱਭਿਆਚਾਰ ਉਤਪੰਨ ਹੋ ਗਏ ਠੀਕ ਹੈ ਲੋਕਾਂ ਵਿੱਚੋਂ ਅંધ ਵਿਸ਼ਵਾਸ ਖਤਮ ਹੋਇਆ ਚੌਥੀ ਲਾਈਨ ਤੀਸਰੀ ਦੋ ਲਾਈਨ ਹੋ ਗਏ ਤੀਸਰੀ ਲਿਖੋਗੇ ਦੂਜੇ ਦੇਸ਼ਾਂ ਦਾ ਇਤਿਹਾਸ ਪੜ੍ਹ ਕੇ ਭਾਰਤੀ ਆਜ਼ਾਦੀ ਪ੍ਰਾਪਤ ਕਰਨ ਵਿੱਚ ਜਾਗਰਿਤ ਹੋਏ ਠੀਕ ਹੈ ਸੋ ਤਿੰਨ ਲਾਈਨਾਂ ਲਿਖ ਦਿਓ ਤਿੰਨ ਨੰਬਰ ਤੁਹਾਨੂੰ इजीली ਮਿਲ ਜਾਣੇ ਪਹਿਲਾ ਕੀ ਹੈ ਇਸ ਨਾਲ ਕਲਰਕੀ ਸੱਭਿਆਚਾਰ ਉਤਪੰਨ ਹੋ ਗਏ ਦੂਸਰਾ ਲੋਕਾਂ ਵਿੱਚ ਅੰਧ ਵਿਸ਼ਵਾਸ ਖਤਮ ਹੋ ਗਿਆ ਤੀਸਰਾ ਦੂਜੇ ਦੇਸ਼ਾਂ ਦਾ ਇਤਿਹਾਸ ਪੜ੍ਹ ਕੇ ਭਾਰਤੀ ਆਜ਼ਾਦੀ ਪ੍ਰਾਪਤ ਕਰਨ ਲਈ ਜਾਗਰਿਤ ਹੋ ਗਏ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਦੇਖੋ ਆਪਾਂ ਲਿਖਣਾ ਕਿ ਨੀਲ ਵਿਦਰੋਹ ਤੇ ਨੋਟ ਲਿਖਣਾ ਹੈ ਨੀਲ ਵਿਦਰੋਹ ਤੇ ਨੋਟ ਲਿਖਣਾ ਹੈ ਠੀਕ ਹੈ ਸੋ ਇਹਦੇ ਵੀ ਚਾਰ ਪੁਆਇੰਟਸ ਲਿਖਣਾ ਦੇਖੋ ਇਹਦਾ ਆਨਸਰ ਕੀ ਹੈ ਨੀਲ ਵਿਦਰੋਹ ਬੰਗਾਲ ਅਤੇ ਬਿਹਾਰ ਵਿੱਚ ਹੋਇਆ ਠੀਕ ਹੈ ਇਹਦਾ ਫਰਸਟ ਪੁਆਇੰਟ ਹੈਗਾ ਇਹ 1858 ਤੋਂ 1860 ਵਿੱਚ ਹੋਇਆ ਤੱਕ ਹੋਇਆ ਠੀਕ ਹੈ ਸੈਕਿੰਡ ਕਿਸਾਨਾਂ ਨੇ ਨੀਲ ਦੇ ਖੇਤੀ ਕਰਨ ਤੋਂ ਮਨਾ ਕਰ ਦਿੱਤਾ ਥਰਡ ਕਿਸਾਨਾਂ ਨੂੰ ਧਮਕੀ ਦੇ ਕੀ ਅੰਦੋਲਨ ਬੰਦ ਕਰਨ ਲਈ ਮਜਬੂਰ ਕੀਤਾ ਗਿਆ ਉਸ ਤੋਂ ਬਾਅਦ ਚੌਥਾ ਪੁਆਇੰਟ ਨੀਲ ਸੰਕਟ ਉਦੋਂ ਤੱਕ جاری ਰਿਹਾ ਜਦੋਂ 20ਵੀਂ ਸਦੀ ਦੇ ਆਰੰਭ ਵਿੱਚ ਮੋਹਨ ਦਾਸ ਕਰਮਚੰਦ ਗਾਂਧੀ ਨੇ ਕਿਸਾਨ ਦੇ ਨੀਲ ਕਿਸਾਨਾ ਦੇ ਪੱਖ ਵਿੱਚ ਸਮਰਥਨ ਕੀ ਦਿੱਤਾ ਠੀਕ ਹੈ ਸੋ ਚਾਰ ਪੁਆਇੰਟ ਤੁਸੀਂ ਲਿਖ ਦੇਣੇ ਆ ਉਸ ਤੋਂ ਬਾਅਦ ਦੇਖੋ ਬੱਚਿਓ ਸਾਡਾ ਚੌਥਾ ਪਾਰਟ ਫਾਈਨਲੀ ਅਸੀਂ ਪਹੁੰਚ ਗਏ ਨਾਗਰੀ ਸ਼ਾਸਤਰ ਤੇ ਇਹ ਵੀ ਤੁਹਾਨੂੰ ਪਤਾ ਚਾਰ ਜਿਹੜੇ ਨੰਬਰ ਹੈ ਤੁਹਾਡੇ ਸੌਖੇ ਆ इजीली ਤੁਹਾਨੂੰ ਮਿਲ ਜਾਣੇ ਆ ਸੋ ਦੇਖੋ ਪਹਿਲਾ ਆਪਰੇਸ਼ਨ ਸਾਡਾ ਇਹਦੇ ਵਿੱਚ ਕੀ ਆ ਰਿਹਾ ਹੈ ਪਹਿਲਾ ਪ੍ਰਸ਼ਨ ਸਾਡਾ ਹੈਗਾ ਕਿ ਪ੍ਰਸਤਾਵਨਾ ਭਾਰਤ ਦੇ ਸੰਵਿਧਾਨ ਦੇ ਅੰਤ ਵਿੱਚ ਹੁੰਦਾ ਹੈ ਕਥਨ ਸਹੀ ਜਾਂ ਗਲਤ ਬਿਲਕੁਲ ਗਲਤ ਹੈ ਅੰਤ ਵਿੱਚ ਨਹੀਂ ਹੁੰਦਾ ਹੈ ਠੀਕ ਹੈ ਸੈਕਿੰਡ ਹੈਗਾ ਕਿ ਸਿੱਖਿਆ ਦਾ ਹੱਕ ਮੌਲਿਕ ਅਧਿਕਾਰ ਹੈ ਠੀਕ ਹੈ ਕਥਨ ਸਹੀ ਹੈ ਬਿਲਕੁਲ ਸਹੀ ਹੈ ਉਸ ਤੋਂ ਬਾਅਦ ਤੀਸਰਾ ਪ੍ਰਸ਼ਨ ਹੈਗਾ ਵਿੱਤ ਬਿੱਲ ਸਿਰਫ ਡੈਟ ਸਦਨ ਵਿੱਚ ਪਾਸ ਕੀਤਾ ਜਾਂਦਾ ਹੈ ਸੋ ਵਿੱਤ ਬਿੱਲ ਸਾਡੇ ਕਿੱਥੇ ਪਾਸ ਕੀਤਾ ਜਾਂਦਾ ਹੈ ਸਾਡਾ ਇਹਦਾ ਆਨਸਰ ਆਣਾ ਹੈ ਲੋਕ ਸਦਨ ਵਿੱਚ ਠੀਕ ਹੈ ਲੋਕ ਸਭਾ ਵਿੱਚ ਪਾਸ ਕੀਤਾ ਡੈਟ ਸਦਨ ਵਿੱਚ ਵਿੱਤ ਬਿੱਲ ਸਿਰਫ लोकसभा ਵਿੱਚ ਹੀ ਪੇਸ਼ ਕੀਤੇ ਜਾਂਦੇ ਹਨ ਠੀਕ ਹੈ ਸੋ ਦੇਖੋ ਅਗਲਾ ਪ੍ਰਸ਼ਨ ਹੈਗਾ ਕਿ ਡੈਸ਼ ਭਾਰਤ ਦੇ ਪ੍ਰਥਮ ਰਾਸ਼ਟਰਪਤੀ ਸਨ ਸਵੈਦਾਣਾ ਡਾਕਟਰ ਰਾਜੇਂਦਰ ਪ੍ਰਸਾਦ ਠੀਕ ਹੈ ਡਾਕਟਰ ਰਾਜੇਂਦਰ ਪ੍ਰਸਾਦ ਆਣਾ ਇਹਦਾ ਆਨਸਰ ਸੋ ਨੈਕਸਟ ਦੇਖੋ ਬੱਚਿਓ ਅਗਲਾ ਪ੍ਰਸ਼ਨ ਸਾਡੇ 2 2 ਨੰਬਰ ਵਾਲੇ ਆ ਠੀਕ ਹੈ ਸੋ 2 2 ਨੰਬਰ ਵਾਲੇ ਪ੍ਰਸ਼ਨ ਵਿੱਚ ਕੀ ਹੈ ਪਹਿਲਾ ਕਾਨੂੰਨ ਦਾ ਕੀ ਮਹੱਤਵ ਹੁੰਦਾ ਹੈ ਸੁਭੱਚੇ ਸਾਡਾ ਪ੍ਰਸ਼ਨ ਕੀ ਹੈ ਕਿ ਕਾਨੂੰਨ ਦੀ ਕੀ ਅਹਿਮੀਅਤ ਹੈ ਜਾਂ ਕਾਨੂੰਨ ਦੀ ਮਹੱਤਤਾ ਕੀ ਹੈ ਤੁਹਾਡਾ ਅਨਸਰ ਛੋਟਾ ਜਿਹਾ ਹੈ ਕਿ ਸਮਾਜ ਵਿੱਚ ਅਨੁਸ਼ਾਸਨ ਬਣਾਏ ਰੱਖਣ ਲਈ ਕਾਨੂੰਨ ਦੀ ਲੋੜ ਹੁੰਦੀ ਹੈ ਸੰਸਥਾ ਨੂੰ ਨਿਯਮਤ ਕਰਨ ਲਈ ਵੀ ਕਾਨੂੰਨ ਦੀ ਲੋੜ ਪੈਂਦੀ ਹੈ ਬਸ ਕਿ ਜਦੋਂ ਤੱਕ ਕਾਨੂੰਨ ਨਹੀਂ ਹੋਗਾ ਤਾਂ ਲੋਕੀ ਤਮਾਰ ਤਾਰ ਕਰਨ ਲੱਪੜਨ ਅਨੁਸ਼ਾਸਨ ਨਹੀਂ ਹੋਣਾ ਇਸ ਕਰਕੇ ਅਨੁਸ਼ਾਸਨ ਬਣਾਉਣ ਲਈ ਕਾਨੂੰਨ ਦੀ ਲੋੜ ਹੁੰਦੀ ਹੈ ਅਨੁੰਦ ਦੇ ਮਹੱਤਵ ਐਂਡ ਸੈਕਿੰਡ ਪੇਸ਼ਨ ਹੈਗਾ ਸੰਵਿਧਾਨ ਦੇ ਕਿਹੜੇ ਅਨੁਸ਼ੇਦ ਰਾਹੀਂ ਛੋਤਛਾਤ ਤੋਂ ਛੁਟਕਾਰਾ ਮਿਲਿਆ ਠੀਕ ਹੈ ਸੋ ਅਨੁਸ਼ੇਦ 17 ਇਦੇ ਵਿੱਚ ਆਨਸਰ ਦੂਸਰੀ ਦਾ ਆਨਸਰ ਹੈ ਅਨੁਸ਼ੇ 17 ਅਸੀਂ ਕਾਨੂੰਨ ਦੀ ਮਹੱਤਤਾ ਕਰਦੇ ਹਾਂ ਚਲੋ ਉਸ ਤੋਂ ਬਾਅਦ ਲਾਸਟ ਵਿੱਚ ਸਾਡਾ 11ਵਾਂ ਪ੍ਰਸ਼ਨ ਦੇ ਉਹ ਕੀ ਜਾਂਦਾ ਹੈ ਕਿ ਕੋਈ ਦੋ ਪ੍ਰਸ਼ਨ ਦੇ ਅਨਸਰ ਦੇਣੇ ਆ ਤਿੰਨ ਤਿੰਨ ਨੰਬਰ ਦੇ ਆ ਠੀਕ ਹੈ ਜਿਵੇਂ ਕਿ ਪਹਿਲਾ ਭਾਰਤ ਦਾ ਸੰਵਿਧਾਨ ਕਿਵੇਂ ਤਿਆਰ ਕੀਤਾ ਗਿਆ ਇਹ ਵਾਲਾ ਪ੍ਰਸ਼ਨ ਕਰਦੇ ਹਾਂ ਸੋ ਸਾਡਾ ਪ੍ਰਸ਼ਨ ਹੈ ਕਿ ਭਾਰਤੀ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ ਸੋ ਇਹਦਾ ਆਨਸਰ ਦੇਖੋ ਸੰਵਿਧਾਨ ਨੂੰ ਨਿਯਮਿਤ ਰੂਪ ਦੇਣ ਲਈ ਡਾਕਟਰ ਪੀਮ ਰਾਓ ਅੰਬੇਦਕਰ ਦੀ ਪਰਵਾਨਗੀ ਹੇਠ ਇੱਕ 7 ਮੈਂਬਰ ਦੀ ਕਮੇਟੀ ਬਣਾਈ ਗਈ ਇਸ ਮਸੂਦਾ ਕਮੇਟੀ ਵਿੱਚ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨ ਦਾ ਅਧਿਐਨ ਕੀਤਾ ਬਹੁਤ ਸਾਰੇ ਸਿਧਾਂਤ ਦੂਜੇ ਦੇਸ਼ਾਂ ਦੇ ਸੰਵਿਧਾਨ ਤੋਂ ਲਏ ਗਏ ਇਸ ਸੰਵਿਧਾਨ ਸਭਾ ਦੇ ਕੁੱਲ 11 ਸਮਾਗਮ ਹੋਏ ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਵਿੱਚ ਤਿਆਰ ਹੋ ਗਿਆ ਠੀਕ ਹੈ ਕਦੋਂ ਤਿਆਰ ਹੋ ਗਿਆ ਸੀਗਾ ਤੁਹਾਨੂੰ ਪਤਾ ਹੈ 26 ਨਵੰਬਰ ਠੀਕ ਹੈ 26 ਨਵੰਬਰ 1949 ਘਾਟਮਟਾ ਕਰਦਾ ਸਾਰਾ ਠੀਕ ਹੈ ਸੋ 2 ਸਾਲ 11 ਮਹੀਨਾ 18 ਦਿਨਾਂ ਵਿੱਚ 26 ਨਵੰਬਰ 1949 ਨੂੰ ਤਿਆਰ ਹੋ ਗਿਆ ਸੀ ਬਣ ਕੇ ਉਸ ਤੋਂ ਬਾਅਦ ਇਹਦੇ ਵਿੱਚ ਦੇਖੋ ਬੱਚੇ ਦੂਸਰਾ ਪ੍ਰਸ਼ਨ ਉਹਨੇ ਦਿੱਤਾ ਹੋਇਆ ਆ ਦੂਸਰਾ ਪ੍ਰਸ਼ਨ ਵਿੱਚ ਇਹ ਵਾਲਾ ਪ੍ਰਸ਼ਨ ਕਰਾਂਗੇ ਫੌਜਦਾਰੀ ਮਾਮਲੇ ਕੀ ਹੁੰਦੇ ਹਨ دیਵਾਨੀ ਤੇ ਫੌਜਦਾਰੀ ਮਾਮਲੇ ਵਿੱਚ ਅੰਤਰ ਦੱਸੋ ਸੋ ਇਹ ਵਾਲਾ ਪ੍ਰਸ਼ਨ ਕਰਦੇ ਹਾਂ ਅਸੀਂ ਲੈਟਸ ਸਟਾਰਟ ਸੀ ਠੀਕ ਹੈ ਸੋ ਪਹਿਲਾਂ ਅਸੀਂ ਦੇਖਣਾ ਫੌਜਦਾਰੀ ਮਾਮਲੇ ਕਿਹੜੇ ਆ ਕਿੰਦੇ ਫੌਜਦਾਰੀ ਮੁਕਦਮੇ ਉਹ ਹੁੰਦੇ ਹਨ ਜਿਸ ਵਿੱਚ ਮਾਰ-ਤਾਰ, ਲੜਾਈ, ਝਗੜੇ ਅਤੇ ਗਾਲੀ-ਗਲੋਚ ਹੁੰਦਾ ਹੈ। ਠੀਕ ਹੈ? ਜਦੋਂ ਕਿਸੇ ਦਾ ਸੱਟ ਫਟੇ ਨਾਲ ਸਰੀਰ ਨੁਕਸਾਨ ਹੁੰਦਾ ਹੈ, ਠੀਕ ਹੈ? ਤਾਂ ਅਜਿਹੇ ਮੁਕਦਮੇ ਨੂੰ ਫੌਜਦਾਰੀ ਮੁਕਦਮੇ ਖਵਾਉਂਦੇ ਹਨ। ਠੀਕ ਹੈ? ਉਸ ਤੋਂ ਬਾਅਦ ਸਿਵਲ ਅਤੇ ਫੌਜਦਾਰੀ ਮੁਕਦਮੇ ਵਿੱਚ ਅਸੀਂ ਅੰਸਰ ਦੱਸਣਾ ਹੈ, ਦੋਨਾਂ ਵਿਚਾਂ ਅੰਤਰ ਦੱਸਣਾ ਹੈ। ਦੇਖੋ ਨਾਨੇ ਕੀ ਲਿਖਿਆ ਹੈ। ਕੀ ਸਿਵਲ ਮੁਕਦਮੇ ਕਿਹੜੇ ਹੁੰਦੇ ਆ ਸਿਵਲ ਮੁਕਦਮੇ ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਆ ਠੀਕ ਹੈ ਜਿਹੜੇ ਮੁਕਦਮੇ ਵਿੱਚ ਨਾਗਰਿਕ ਦੇ ਮੌਲਿਕ ਅਧਿਕਾਰ ਜ਼ਮੀਨੀ ਝਗੜੇ ਆਦੀ ਹੁੰਦੇ ਹਨ ਇਸ ਇਸ ਵਿੱਚ ਦਿਵਾਨੀ ਮੁਕਦਮੇ ਵੀ ਆਉਂਦੇ ਹਨ ਠੀਕ ਹੈ ਸੋ ਬੱਚੇ ਜਿਹੜੇ ਵਿੱਚ ਲੜਾਈ ਝਗੜੇ ਹੋਣਗੇ 6:00 ਵੱਜ ਗਏ ਠੀਕ ਹੈ ਮਾਰ ਤਾਰ ਹੋਈ ਹੋਵੇ ਉਸ ਨੂੰ ਫੌਜਦਾਰੀ ਕਹਿੰਦੇ ਆ ਜਿਹੜੇ ਨਾਰਮਲ ਹੁੰਦੇ ਆ ਠੀਕ ਹੈ ਜਿਵੇਂ ਕਿ ਸਾਡੇ ਮੌਲਿਕ ਅਧਿਕਾਰ ਸਾਨੂੰ ਇਹ ਮਿਲਣਾ ਚਾਹੀਦਾ ਸੀ ਨਹੀਂ ਮਿਲਿਆ ਠੀਕ ਹੈ ਜ਼ਮੀਨੀ ਝਗੜੇ ਹੋਗੇ ਨਾਰਮਲ ਜੇ ਠੀਕ ਹੈ ਉਹਨਾਂ ਨੂੰ ਕੀ ਕਹਿੰਦੇ ਆ Un can de civil. So clear.